ਅਸੀਂ ਸਾਰੇ ਸਨਾਤਨ ਧਰਮ ਦੇ ਇੱਕ ਉਹ ਪਹਿਲੂ ਆ ਜਿਹੜੇ ਸਾਡੇ ਬਜ਼ੁਰਗਾਂ ਨੇ ਆਪਣੇ ਆਪ ਦੇ ਵਿੱਚ ਇੱਕ ਸਮਾਜ ਨੂੰ ਅੱਛਾ ਸੁਨੇਹਾ ਦਿੱਤਾ। ਆਓ ਉਸ ਪਵਿੱਤਰ ਧਰਤੀ ਤੇ ਆਪਾਂ ਗੁਰੂ ਨਾਨਕ ਦਾ ਲੰਗਰ ਲਗਾ ਕੇ ਆਪਸੀ ਭਾਈਚਾਰੇ ਦੀ ਇੱਕ ਸਾਂਝ ਨੂੰ ਵਧਾਈਏ ਤੇ ਆਪਸ ਵਿੱਚ ਅਸੀਂ ਉਸ ਖੁਸ਼ੀ ਦੀ ਇੱਕ ਸਾਂਝ ਆਪਸ ਵਿੱਚ ਇਕੱਠੇ ਹੋ ਕੇ ਮਨਾਈਏ। ਅਸੀਂ ਸਨਾਤਨੀ ਤੇ ਜੇ ਸਾਡਾ ਰਾਮ ਸਾਡਾ ਸੀ, ਜੇ ਰਾਮ ਮੰਦਰ ਨਾਲ ਸਾਡਾ ਪ੍ਰੇਮ ਸੀ ਤਾਂ ਸਾਡੇ ਬਜ਼ੁਰਗ ਉਹਨਾਂ ਹਾਲਾਤਾਂ ਵਿੱਚ ਉੱਤੇ ਜਾ ਕੇ ਲੜੇ ਜਿੱਥੇ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ, ਸਿਜਦਾ ਕਰਦਾ। ਉੱਥੇ ਮੈਂ ਉਹਨਾਂ ਦੀ ਹੀ ਪਰੰਪਰਾ ਨੂੰ ਅੱਗੇ ਲੈ ਕੇ ਜਾ ਰਿਹਾ। ਹੋਰ ਤਮਾਮ ਸਿੱਖ ਜਥੇਬੰਦੀਆਂ, ਸਨਾਤਨ ਧਰਮ ਦੀਆਂ ਸਮੂਹ ਸੰਸਥਾਵਾਂ ਵੱਲੋਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਅਸੀਂ ਸਾਰੇ ਇੱਕ ਹਾਂ। ਜਿਵੇਂ ਘੀ ਆ, ਦੁੱਧ ਆ, ਦੁੱਧ ਦੇ ਵਿੱਚੋਂ ਨਿਕਲ ਕੇ ਮੱਖਣ ਆਉਂਦਾ। ਮੱਖਣ ਕੀ ਆ? ਮੱਖਣ ਦੁੱਧ ਦਾ ਹੀ ਇੱਕ ਪਾਰਟ ਹੈ। ਹੁਣ ਦੋਨੇ ਦੁੱਧ ਅਤੇ ਮੱਖਣ ਆਪਸ ਵਿੱਚ ਤੁਸੀਂ ਵੱਖਰੇ ਵੱਖਰੇ ਕਰਜੋ, ਅਲੱਗ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਾਸ ਹਰਜੀਤ ਸਿੰਘ ਰਸੂਲ ਪਰ ਜੋ ਸਾਡੇ ਉਸ ਮਹਾਨ ਬਜ਼ੁਰਗ, ਉਹ ਯੋਧੇ ਜਿਨ੍ਹਾਂ ਨੇ ਇਸ ਦੇਸ਼ ਵਾਸਤੇ, ਇਸ ਕੌਮ ਵਾਸਤੇ, ਇਸ ਸਮਾਜ ਵਾਸਤੇ, ਖਾਸ ਕਰ ਅਗਰ ਮੈਂ ਗੱਲ ਕਰਾਂ ਸਾਡੇ ਆਪਣੇ ਸਨਾਤਨ ਧਰਮ ਵਾਸਤੇ, ਜਿਨ੍ਹਾਂ ਨੇ ਉਸ ਮਹਾਨ ਕੁਰਬਾਨੀ ਕੀਤੀ, ਮੈਂ ਗੱਲ ਕਰ ਰਿਹਾ ਜਥੇਦਾਰ ਬਾਬਾ ਫਕੀਰ ਸਿੰਘ ਜੀ, ਨਿਹੰਗ ਸਿੰਘ ਜੀ, ਜਿਨ੍ਹਾਂ ਨੇ ਉਸ ਖਾਲਸਾ ਹੋਣ ਦਾ ਸਮਾਜ ਨੂੰ ਇੱਕ ਸੰਦੇਸ਼ ਦਿੱਤਾ, ਜਿਹਦੇ ਆਧਾਰ ਤੇ ਅੱਜ ਅਯੋਧਿਆ ਵਿੱਚ ਸ਼੍ਰੀ ਰਾਮ ਮੰਦਰ ਦੀ ਜਨ ਭੂਮੀ ਦੇ ਵਿੱਚ ਆਉਣ ਵਾਲੀ 22 ਜਨਵਰੀ ਰਾਮ ਲੱਲਾ ਜੀ ਬਿਰਾਜਮਾਨ ਹੋ ਜਾ ਰਹੇ ਨੇ। ਮੈਂ ਉਹਨਾਂ ਦੇ ਪਰਿਵਾਰ ਦੀ 8ਵੀਂ ਪੀੜ੍ਹੀ ਦਾ ਅੰਸ਼ ਵੰਸ਼ ਹਾਂ। ਸੋ ਉਹਨਾਂ ਦੀ ਕੁਰਬਾਨੀ ਇੱਕ ਦੇਸ਼ ਨੂੰ ਇੱਕ ਅਜਿਹਾ ਸੁਨੇਹਾ ਦੇ ਕੇ ਗਈ ਹੈ ਕਿ ਜਿੱਥੇ ਬਾਕੀ ਦੇ ਲੋਕ ਨੇ ਜਿਹੜੇ ਸਾਨੂੰ ਸਿੱਖ ਤੇ ਸਨਾਤਨ ਨੂੰ ਅੱਡ ਅੱਡ ਪ੍ਰੈਜੈਂਟ ਕਰਦੇ ਨੇ, ਪਰ ਉਹਨਾਂ ਦੀ ਇਹ ਕੁਰਬਾਨੀ ਇੱਕ ਆਪਣੇ ਆਪ ਚ ਇੱਕ ਮਿਸਾਲ ਹੈ, ਜਿਸ ਵਿੱਚ ਉਹਨਾਂ ਨੇ ਉਸ ਸਮੇਂ 1858 ਦੇ ਵਿੱਚ ਆਪਣੇ ਨਿਹੰਗ ਸਿੰਘ ਸਾਥੀਆਂ ਦੇ ਨਾਲ ਉਹਨਾਂ ਮੁਸਲਮਾਨਾਂ ਤੋਂ ਉਸ ਮਸਜਿਦ ਨੂੰ ਆਜ਼ਾਦ ਕਰਾ ਕੇ ਦੁਬਾਰਾ ਉੱਥੇ ਰਾਮ ਦੇ ਨਾਮ ਦਾ ਹਵਨ ਕੀਤਾ। ਉਪਰੰਤ ਉਹਨਾਂ ਦੇ ਅੰਗੇਸਟ ਉੱਥੇ ਦੀ ਕੋਤਵਾਲ ਦੇ ਵਿੱਚ FIR ਕੱਟ ਹੋਈ ਤੇ ਜਿਹਦੇ ਆਧਾਰ ਤੇ ਸਾਨੂੰ ਉਹ ਪਿਛਲਾ 700 ਸਾਲ ਵੀ ਉੱਥੇ ਪਹਿਲਾਂ ਰਾਮ ਮੰਦਰ ਸੀ ਉਹਦੇ ਪ੍ਰੂਫ ਮਿਲੇ, ਤਾਂ ਅੱਜ ਉਹ ਸੁਪਰੀਮ ਕੋਰਟ ਦੀ ਆਜ਼ਾਦੀ ਦੇ ਨਾਲ ਉੱਥੇ ਰਾਮ ਜੀ ਬਰਾਜ ਰਹੇ ਨੇ। ਸੋ ਉਸ ਪਰਿਵਾਰ ਦੀ ਮੈਂ ਉਸ ਕੁਰਬਾਨੀ ਨੂੰ ਜਿੱਥੇ ਆਪ ਜੀਆਂ ਦੇ ਅੱਗੇ ਪੇਸ਼ ਕਰਦਾ, ਉੱਥੇ ਦੱਸਣਾ ਚਾਹੁੰਦਾ ਕਿ ਅਸੀਂ ਆਪਣੇ ਵੱਡੇ ਵਡੇਰਿਆਂ ਜਥੇਦਾਰ ਬਾਬਾ ਫਕੀਰ ਸਿੰਘ ਖਾਲਸਾ ਨਿਹੰਗ ਸਿੰਘ ਦੀ, ਉਹਨਾਂ ਦੀ ਕੁਰਬਾਨੀ ਦੇ ਚੱਲਦਿਆਂ ਅਸੀਂ ਅਯੋਧਿਆ ਦੇ ਵਿੱਚ ਉਹਨਾਂ ਦੇ ਨਾਮ ਤੋਂ ਸਿੱਖ ਜਗਤ ਵੱਲੋਂ ਇੱਕ ਸੁਨੇਹਾ ਦੇ ਰਹੇ ਹਾਂ ਸਾਰੇ ਜਗਤ ਨੂੰ ਕਿ ਆਓ ਉਸ ਪਵਿੱਤਰ ਧਰਤੀ ਤੇ ਆਪਾਂ ਗੁਰੂ ਨਾਨਕ ਦਾ ਲੰਗਰ ਲਗਾ ਕੇ ਆਪਸੀ ਭਾਈਚਾਰੇ ਦੀ ਇੱਕ ਸਾਂਝ ਨੂੰ ਵਧਾਈਏ ਤੇ ਆਪਸ ਵਿੱਚ ਅਸੀਂ ਉਸ ਖੁਸ਼ੀ ਦੀ ਇੱਕ ਸਾਂਝ ਆਪਸ ਵਿੱਚ ਇਕੱਠੇ ਹੋ ਕੇ ਮਨਾਈਏ। ਸੋ ਉਹਨਾਂ ਦੀ ਕੁਰਬਾਨੀ ਇੱਕ ਅਜਿਹੀ ਕੁਰਬਾਨੀ ਹੈ, ਮੈਂ ਕਹਾਂਗਾ ਕਿ ਸ਼ਾਇਦ ਦੇਸ਼ ਵਿੱਚ ਅਜਿਹੀ ਕੁਰਬਾਨੀ ਤੁਹਾਨੂੰ ਦੇਖਣ ਨਹੀਂ ਮਿਲੇਗੀ।
ਉਹਦਾ ਕਹਿਣ ਨੂੰ ਬਥੇਰੇ ਨੇ ਜਿਹੜੇ ਕਹਿ ਸਕਦੇ ਨੇ ਕਿ ਸਾਡੀ ਕੁਰਬਾਨੀ ਇਹ ਆ ਸਾਰੇ ਸਤਿਕਾਰਯੋਗ ਨੇ, ਪਰ ਇੱਕ ਮੰਦਰ ਵਾਸਤੇ, ਉਸ ਪਰਮੇਸ਼ਵਰ ਦੇ ਘਰ ਵਾਸਤੇ, ਉਸ ਸ੍ਰੀ ਰਾਮ ਚੰਦਰ ਮਹਾਰਾਜ ਜੀ ਦੀ ਉਸ ਜਨਮ ਭੂਮੀ ਵਾਸਤੇ, ਅੱਜ ਤੋਂ 170 ਸਾਲ ਪਹਿਲਾਂ ਉਹਨਾਂ ਦੀ ਦਿੱਤੀ ਹੋਈ ਕੁਰਬਾਨੀ ਨੂੰ ਅਸੀਂ ਦੇਸ਼ ਨੂੰ ਦੱਸੀਏ, ਆਪਣੇ ਸਮਾਜ ਨੂੰ ਦੱਸੀਏ, ਜਿਹੜੇ ਸਾਨੂੰ ਵੰਡੀਆਂ ਪਾਉਣ ਦੀ ਕੋਸ਼ਿਸ਼ਾਂ ਕਰਦੇ ਨੇ, ਜਿਹੜੇ ਸਾਨੂੰ ਅਲੱਗ ਅਲੱਗ ਨਜ਼ਰੀਏ ਨਾਲ ਦੇਖ ਰਹੇ ਨੇ, ਜਿਹੜੇ ਸਾਨੂੰ ਅਲੱਗ ਅਲੱਗ ਕਹਿਣ ਵਿਚ ਸੰਕੋਚ ਕਰ ਰਹੇ ਨੇ, ਅਸੀਂ ਸਾਰੇ ਸਨਾਤਨ ਧਰਮ ਦੇ ਇੱਕ ਉਹ ਪਹਿਲੂ ਆ ਜਿਹੜੇ ਸਾਡੇ ਬਜ਼ੁਰਗਾਂ ਨੇ ਆਪਣੇ ਆਪ ਦੇ ਵਿਚ ਇੱਕ ਸਮਾਜ ਨੂੰ ਅੱਛਾ ਸੁਨੇਹਾ ਦਿੱਤਾ। ਤੇ ਮੈਂ ਉਸ ਸੁਨੇਹੇ ਨੂੰ ਪੂਰੀ ਦੁਨੀਆਂ ਚ ਲਿਜਾਣ ਦੀ ਇੱਕ ਛੋਟਾ ਜਿਹਾ ਉਪਰਾਲਾ ਕਰ ਰਿਹਾ। ਉਹਦੇ ਵਿਚ ਸਾਡੇ ਨਾਲ ਸਾਡੇ ਭਰਾ ਸਵਾਮੀ ਰਜੇਸ਼ਨਾਨੰਦ ਜੀ ਤੇ ਸਾਡੇ ਵੱਡੇ ਭਰਾ ਜੋਸ਼ੀ ਜੀ, ਹੋਰ ਤਮਾਮ ਸਿੱਖ ਜਥੇਬੰਦੀਆਂ, ਸਨਾਤਨ ਧਰਮ ਦੀਆਂ ਸਮੂਹ ਸੰਸਥਾਵਾਂ ਵੱਲੋਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਅਸੀਂ ਸਾਰੇ ਇੱਕ ਆ, ਇਹ ਦੇਸ਼ ਸਾਡਾ, ਅਸੀਂ ਇਸ ਸਨਾਤਨ ਧਰਮ ਨੂੰ, ਜਿੱਥੇ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ, ਸਿਜਦਾ ਕਰਦਾ, ਉੱਥੇ ਮੈਂ ਉਹਨਾਂ ਦੀ ਹੀ ਪਰੰਪਰਾ ਨੂੰ ਅੱਗੇ ਲੈ ਕੇ ਜਾ ਰਿਹਾ, ਕਿਉਂਕਿ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਅੱਜ ਦਾ ਜੋ ਸ਼ਹੀਦੀ ਦਿਹਾੜਾ, ਉਹ ਸਨਾਤਨ ਧਰਮ ਨੂੰ ਬਚਾਉਣ ਨੂੰ ਦਰਸਾਉਂਦਾ, ਤੇ ਤੁਸੀਂ ਉਸ ਦਿਨ ਅੱਜ ਇਕੱਠੇ ਹੋਏ ਹੋ, ਤੇ ਅੱਜ ਦੀ ਜੋ ਇਸ ਪਾਵਨ ਸਮੇਂ ਤੇ ਉਸ ਕੁਰਬਾਨੀ ਨੂੰ ਯਾਦ ਕਰਦੇ ਹਾਂ। ਉੱਥੇ ਹੀ ਨਿਹੰਗ ਬਾਬਾ ਜਥੇਦਾਰ ਬਾਬਾ ਫਕੀਰ ਸਿੰਘ ਖਾਲਸਾ ਰਸੂਲਪੁਰ ਨੂੰ ਵੀ ਅਸੀਂ ਯਾਦ ਕਰ ਰਹੇ ਹਾਂ। ਅਸੀਂ ਸਾਰੇ ਉਸ ਦੇਸ਼ ਨੂੰ ਇੱਕ ਸੁਨੇਹਾ ਦਈਏ, ਜਿੱਥੇ ਵੱਖ ਵੱਖ ਕੰਟਰੀਆਂ ਦੇ ਲੋਕ ਜੋ ਫਿਰਕਾ ਪ੍ਰਸਤੇ ਮਾਰੇ ਸਾਨੂੰ ਅਲੱਗ ਤੋੜਨਾ ਚਾਹੁੰਦੇ ਨੇ, ਜੋ ਕਿਤੇ ਖਾਲਿਸਤਾਨ ਦੀ ਗੱਲ ਕਰਦੇ ਨੇ, ਚਾਹੇ ਵੱਖਰੇ ਹੋਣ ਦੀ ਗੱਲ ਕਰਦੇ ਨੇ, ਉਹਨਾਂ ਵਾਸਤੇ ਬਾਬਾ ਫਕੀਰ ਸਿੰਘ ਇੱਕ ਆਪਣੇ ਆਪ ਚ ਮਿਸਾਲ ਹੈ, ਕਿਉਂਕਿ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਇਸ ਕੁਰਬਾਨੀ ਨੂੰ ਯਾਦ ਕਰਦਿਆਂ ਉਸ ਸਮੇਂ ਦੇ ਵਿਚ ਬਾਬਾ ਗੁਰੂ ਰਾਮ ਜੀ ਦੇ ਪਰਮੇਸ਼ਵਰ ਦੇ ਸ੍ਰੀ ਰਾਮ ਚੰਦਰ ਮਹਾਰਾਜ ਜੀ ਦੇ ਉਹਨੂੰ ਕਿਸ ਰੂਪ ਨਾਲ ਪੁਕਾਰੀਏ, ਕਿਸ ਸ਼ਬਦਾਂ ਦੇ ਨਾਲ ਪੁਕਾਰੀਏ, ਮੇਰੇ ਕੋਲ ਸ਼ਬਦ ਨਹੀਂ ਹੈ, ਕਿਉਂਕਿ ਉਹਨਾਂ ਦੀ ਕੁਰਬਾਨੀ ਅਜਿਹੀ ਕੁਰਬਾਨੀ ਆ ਜਿਹੜੀ ਹਿਸਟਰੀ ਚ ਕਦੇ ਮਿਲਦੀ ਨਹੀਂ। ਸੋ ਤੁਸੀਂ ਸਾਰੇ ਇਕੱਤਰ ਹੋਏ ਹੋ, ਮੈਂ ਇਹੀ ਕਹਾਂਗਾ ਕਿ ਆਪਾਂ ਸਾਰੇ ਮਿਲ ਕੇ ਉਸ ਰਾਮ ਚੰਦਰ ਮਹਾਰਾਜ ਦੀ ਭੂਮੀ ਤੇ ਆਪਾਂ ਲੰਗਰ ਲਗਾਈਏ, ਵੱਖ ਵੱਖ ਸੇਵਾਵਾਂ ਕਰੀਏ, ਇੱਕ ਸਮਾਜ ਨੂੰ ਅੱਛਾ ਸੁਨੇਹਾ ਦਈਏ, ਜਿਸ ਸੁਨੇਹੇ ਦੇ ਨਾਲ ਸਾਡੇ ਸਮਾਜ ਵਿਚ ਆਪਸੀ ਜੋ ਦਰਾਰਾਂ ਪਈਆਂ ਨੇ ਉਹ ਖਤਮ ਹੋਣ, ਅਸੀਂ ਮਿਲ ਕੇ ਬੈਠੀਏ, ਸਾਂਝੀ ਵਾਰਤਾ ਦੀ ਗੱਲ ਕਰੀਏ, ਅਸੀਂ ਇੱਕ ਹੋਈਏ, ਆਪਣੇ ਦੇਸ਼ ਨੂੰ, ਆਪਣੇ ਰਾਸ਼ਟਰ ਨੂੰ ਉੱਚਾ ਚੱਕੀਏ, ਤੇ ਅਸੀਂ ਆਪਣੇ ਵੱਡਿਆਂ ਦਾ ਮਾਣ ਵਧਾਈਏ। ਮੈਂ ਇਹੀ ਕਹਾਂਗਾ ਕਿ ਆਪਾਂ ਅੱਜ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ, ਅਸੀਂ ਸਾਰੇ ਦੇਸ਼, ਪੂਰਾ ਸਮਾਜ ਬਾਬਾ ਫਕੀਰ ਸਿੰਘ ਦੀ ਇਸ ਕੁਰਬਾਨੀ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ, ਕਿਉਂਕਿ ਉਹਨਾਂ ਦੀ ਕੁਰਬਾਨੀ ਸਾਡੇ ਸਨਾਤਨ ਧਰਮ ਵਿਚ ਇੱਕ ਵੱਖਰੀ ਮਿਸਾਲ ਹੈ। ਸੋ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਯਾਦ ਰੱਖੀਏ ਤੇ ਆਪਾਂ ਸਾਰੇ ਅੱਗੇ ਵਧੀਏ। ਕਿਸੇ ਦਾ ਕੋਈ ਸਵਾਲ? ਇੱਕ ਕੁਐਸਚਨ ਪੁੱਛਣ ਤੋਂ ਪਹਿਲੇ ਮੈਂ ਆਪ ਸਮਝ ਦੱਸਾਂ, ਸਾਡੇ ਕੋਲ ਸੁਪਰੀਮ ਕੋਰਟ ਦੀ ਜਜਮੈਂਟ ਹੈ, 1045 ਪੇਜ ਦੀ ਜਜਮੈਂਟ ਹੈ, PDF ਫਾਈਲ ਚ ਹੈ, ਉਹਦੇ 64 ਨੰਬਰ ਪੇਜ ਦੇ ਉੱਪਰ ਸੁਪਰੀਮ ਕੋਰਟ ਆਫ ਇੰਡੀਆ ਨੇ 2019 ਚ ਰਾਮ ਜਨਮ ਭੂਮੀ ਦੇ ਪੱਖ ਚ ਫੈਸਲਾ ਦਿੰਦੇ ਹੋਏ ਉਹਨੂੰ ਕੋਰਟ ਕੀਤਾ, ਉਹਨੂੰ ਇੱਕ ਲੀਗਲ ਐਵੀਡੈਂਸ ਮੰਨਿਆ। ਤੁਹਾਨੂੰ ਸਾਰਿਆਂ ਨੂੰ PDF ਫਾਈਲ ਮਿਲ ਜਾਏਗੀ, ਨਾਲ 64 ਨੰਬਰ ਪੇਜ ਤੇ ਦੇਖਿਓ ਪੂਰਾ ਉਹਦਾ ਵਿਦਾਂਤ ਜਿਹੜਾ ਹੈਗਾ, ਜਿਸ ਤਰ੍ਹਾਂ ਦੱਸੇ ਨੇ ਉਹ ਸਾਰਾ ਉਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ, ਕੋਰਟ ਕੀਤਾ ਹੋਇਆ। ਪਲੀਜ਼, ਮੈਂ ਇਹ ਪੁੱਛਣਾ ਚਾਹੁੰਦਾ ਜੋ ਪੂਰਵਜ ਬਾਬਾ ਫਕੀਰ ਸਿੰਘ ਹੈ, ਉਹਨਾਂ ਨੇ ਕੁਰਬਾਨੀ ਦੀ FIR ਹੋਈ, FIR ਕੇ ਬਾਅਦ ਕਿਆ ਹੁਆ?
ਉਨ੍ਹਾਂ ਦੇ ਉਸ ਸਮੇਂ ਤਸ਼ੱਦਦ ਢਾਏ ਤੇ ਉਸ ਲੜਾਈ ਨੂੰ ਚੱਲਦਿਆਂ ਹੋਇਆਂ ਉਨ੍ਹਾਂ ਦੀਆਂ ਕੁਰਬਾਨੀਆਂ ਹੋਈਆਂ। ਗ੍ਰਿਫ਼ਤਾਰ ਹੋਏ ਅੰਦਰ ਇਹ ਜੀ ਉਹਦੇ ਉਹ ਬਕਾਇਦਾ ਉਹਦੇ ਵਿਚ ਲਿਖਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਕਹਿੰਦੀ ਆ ਰਹੀ ਕਿ ਅਸੀਂ ਅਲੱਗ ਘੁੰਮ ਗਏ ਆ, ਅਲੱਗ ਘੁੰਮ ਗਏ, ਤੁਸੀਂ ਕਹਿ ਰਹੇ ਹੋ ਕਿ ਸਨਾਤਨ ਦੇ ਵਿੱਚ। ਦੇਖੋ ਕਿਤੇ ਵੀ ਸ਼੍ਰੋਮਣੀ ਕਮੇਟੀ ਇਹ ਗੱਲ ਨਹੀਂ ਕਹਿੰਦੀ ਕਿ ਅਸੀਂ ਅਲੱਗ ਹੋਣਾ, ਅਲੱਗ ਹੋਣਾ ਨਹੀਂ, ਅਲੱਗ ਕੌਮ ਹੈਗੀ ਨਹੀਂ, ਅਲੱਗ ਕੌਮ ਜਿਵੇਂ ਘੀ ਆ, ਦੁੱਧ ਆ, ਦੁੱਧ ਦੇ ਵਿੱਚੋਂ ਨਿਕਲ ਕੇ ਮੱਖਣ ਆਉਂਦਾ, ਮੱਖਣ ਕੀ ਆ, ਮੱਖਣ ਦੁੱਧ ਦਾ ਹੀ ਇੱਕ ਪਾਰਟ ਆ। ਹੁਣ ਦੋਨੇ ਦੁੱਧ ਤੇ ਮੱਖਣ ਆਪਸ ਵਿੱਚ ਤੁਸੀਂ ਵੱਖਰੇ ਵੱਖਰੇ ਕਹਿੰਦੇ ਹੋ, ਅਲੱਗ ਅਲੱਗ।